Hey guys, welcome to KSE. So guys, adheen sewama chon board yani ki PT plus B Punjab boarding service selection board di taraf ton ajj bahut achhi khabar publish hoyi hai recruitment de regarding. Ji haan, asamiyan nikal chukiyan han. Total number of vacancies hai 750, 750 asamiyan han. Kon kon apply kar sakta hai, vacancy kedi hai, ਕਿਵੇਂ ਸਿਲੈਕਸ਼ਨ ਪ੍ਰੋਸੈਸ ਹੋਵੇਗੀ, ਇੰਪੋਰਟੈਂਟ ਡੇਟਸ ਕੀ ਹਨ, ਸਾਰਾ ਕੁਝ ਇਸ ਵੀਡੀਓ ਵਿੱਚ ਤੁਹਾਨੂੰ ਦੱਸਿਆ ਜਾਵੇਗਾ। ਲੇਕਿਨ ਉਸ ਤੋਂ ਪਹਿਲਾਂ ਅਗਰ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਬਸਕ੍ਰਾਈਬ ਦਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਜਿੰਨੇ ਵੀ ਅਪਕਮਿੰਗ ਨੋਟੀਫਿਕੇਸ਼ਨ ਤੁਸੀਂ ਕਦੇ ਮਿਸ ਨਾ ਕਰ ਪਾਓ। ਤਾਂ ਸਭ ਤੋਂ ਪਹਿਲਾਂ ਇੰਪੋਰਟੈਂਟ ਡੇਟਸ ਦੇ ਬਾਰੇ ਗੱਲ ਕਰਦੇ ਹਾਂ। ਇਹ ਐਡਵਰਟਾਈਜ਼ਮੈਂਟ ਨੰਬਰ 04/2021 ਹੈ, ਠੀਕ ਹੈ ਜੀ। ਇਸ਼ਤਿਹਾਰ ਪ੍ਰਕਾਸ਼ਿਤ ਹੋਣ ਦੀ ਮਿਤੀ ਅੱਜ ਯਾਨੀ ਕਿ 2/4/2021 ਹੈ। ਔਨਲਾਈਨ ਅਪਲਾਈ ਕਰਨ ਦੀ ਆਖਰੀ ਔਨਲਾਈਨ ਅਪਲਾਈ ਕਰਨ ਦੀ ਜੋ ਮਿਤੀ ਹੈ ਉਹ 5 ਅਪ੍ਰੈਲ ਤੋਂ ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਹੋ। ਲਾਸਟ ਡੇਟ ਹੈ ਉਹ ਹੈ 26 ਅਪ੍ਰੈਲ 26 ਅਪ੍ਰੈਲ 2021 ਤੱਕ ਤੁਸੀਂ ਲਾਸਟ ਅਪਲਾਈ ਕਰ ਸਕਦੇ ਹੋ। ਫੀਸ ਜਮ੍ਹਾਂ ਤੁਸੀਂ 29 ਅਪ੍ਰੈਲ 2021 ਤੱਕ ਫੀਸ ਜਮ੍ਹਾਂ ਕਰਵਾ ਸਕਦੇ ਹੋ। ਹੁਣ ਅਸੀਂ ਗੱਲ ਕਰਦੇ ਹਾਂ ਜੋ ਅਸਾਮੀਆਂ ਹਨ, ਇਹ ਹਨ ਲਾਇਬ੍ਰੇਰੀਅਨ ਦੀਆਂ ਗਰੁੱਪ ਸੀ ਦੇ ਵਿੱਚ ਸਕੂਲਾਂ ਦੇ ਵਿੱਚ ਲਾਇਬ੍ਰੇਰੀਅਨ ਦੀਆਂ ਅਸਾਮੀਆਂ ਹਨ। ਟੋਟਲ ਵੈਕੈਂਸੀਆਂ ਤੁਹਾਨੂੰ ਦੱਸ ਚੁੱਕਿਆ ਹਾਂ 750 ਹਨ ਪੂਰੇ ਪੰਜਾਬ ਦੇ ਵਿੱਚ। ਜਿੰਨੇ ਵੀ ਸਕੂਲ ਹਨ ਉਸ ਦੇ ਵਿੱਚ ਜੋ ਲਾਇਬ੍ਰੇਰੀਆਂ ਹਨ ਉਸ ਦੇ ਵਿੱਚ ਲਾਇਬ੍ਰੇਰੀਅਨ ਰੱਖੇ ਜਾਣਗੇ। ਤਾਂ ਓਫੀਸ਼ੀਅਲ ਵੈਬਸਾਈਟ ਜੋ ਤੁਹਾਨੂੰ ਇਸਦਾ ਲਿੰਕ ਦੇ ਦਿੱਤਾ ਜਾਵੇਗਾ, ਤੁਸੀਂ ਉਸ 'ਤੇ ਜਾ ਕੇ 5 ਤਰੀਕ ਤੋਂ ਬਾਅਦ ਅਪਲਾਈ ਕਰ ਸਕੋਗੇ, ਠੀਕ ਆ ਜੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਕੈਟਾਗਰੀ ਵਾਈਜ਼ ਵੈਕੈਂਸੀਆਂ ਦੀ। ਗੱਲ ਕਰੀਏ ਜਰਨਲ ਦੀ 293, ਇਹਨਾਂ ਦੇ ਵਿੱਚ ਵਿਮਨ ਦੇ ਲਈ 83 ਅਸਾਮੀਆਂ ਹਨ, ਐੱਸਸੀ ਮਜ਼ਬੀ 74, ਐੱਸਸੀ ਆਰਓ 75 ਮੇਲ, 30 ਫੀਮੇਲ, ਬੀਸੀ 75 ਮੇਲ, 29 ਫੀਮੇਲ, ਐਕਸੈਸਮੈਨ ਜਰਨਲ 52 ਐਂਡ 29 ਰਿਸਪੈਕਟਿਵਲੀ। ਉਸ ਤੋਂ ਬਾਅਦ ਐਕਸੈਸਮੈਨ ਐੱਸਸੀ ਮਜ਼ਬੀ 15, ਐਕਸੈਸਮੈਨ ਐੱਸਸੀ ਆਰਓ 15। ਕੁੱਲ ਮਿਲਾ ਕੇ ਜੋ ਅਸਾਮੀਆਂ ਹਨ ਤੁਹਾਡੀਆਂ ਉਹ ਹਨ 750। ਇਹਨਾਂ ਦੇ ਵਿੱਚੋਂ 242 ਅਸਾਮੀਆਂ ਜੋ ਕਿ ਰਿਜ਼ਰਵੇਸ਼ਨ ਹੈ, 33% ਵਿਮਨ ਦੀਆਂ ਯਾਨੀ ਕਿ ਔਰਤਾਂ ਦੀਆਂ ਅਸਾਮੀਆਂ ਹਨ, ਠੀਕ ਹੈ ਜੀ। ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਗੱਲ, ਇਸ ਦੀ ਕੁਆਲੀਫਿਕੇਸ਼ਨ ਕੀ ਰਹੇਗੀ। ਬਹੁਤ ਹੀ ਕੈਂਡੀਡੇਟਸ ਇਸ ਦੇ ਬਾਰੇ ਕਨਫਿਊਜ਼ ਹੋਣਗੇ। ਸਭ ਤੋਂ ਪਹਿਲਾਂ ਗੱਲ ਕਰਦੇ ਇਸ ਦੀ ਕੁਆਲੀਫਿਕੇਸ਼ਨ ਜੋ ਚਾਹੀਦੀ ਹੈ, ਮਿਨੀਮਮ ਕੁਆਲੀਫਿਕੇਸ਼ਨ ਉਹ ਹੈ 12th ਪਲੱਸ ਤੁਹਾਡੇ ਕੋਲ ਡਿਪਲੋਮਾ ਕੋਰਸ ਇਨ ਲਾਇਬ੍ਰੇਰੀ ਸਾਇੰਸ ਜਾਂ ਫਿਰ ਇਸ ਦੇ ਇਕੁਲੈਂਟ ਤੁਹਾਡੇ ਕੋਲ ਕੋਈ ਡਿਪਲੋਮਾ ਹੈ ਲਾਇਬ੍ਰੇਰੀਅਨ ਦਾ, 2 ਸਾਲ ਦਾ ਮਿਨੀਮਮ 2 ਸਾਲ ਦਾ ਕੋਰਸ ਅਗਰ ਤੁਹਾਡੇ ਕੋਲ ਹੈ ਤਾਂ ਗਾਇਸ ਤੁਸੀਂ ਅਪਲਾਈ ਕਰ ਸਕਦੇ ਹੋ। ਅਤੇ ਇੰਪੋਰਟੈਂਟ ਗੱਲ, 10th ਦੇ ਵਿੱਚ ਪੰਜਾਬੀ ਕੰਪਲਸਰੀ ਹੈ। ਜੀ ਹਾਂ, ਅਗਰ ਤੁਸੀਂ 10th ਦੇ ਵਿੱਚ ਪੰਜਾਬੀ ਨਹੀਂ ਪੜ੍ਹੀ ਤਾਂ ਤੁਸੀਂ ਐਲੀਜੀਬਲ ਨਹੀਂ ਹੋ ਇਸ ਪੋਸਟ ਨੂੰ ਅਪਲਾਈ ਕਰਨ ਦੇ ਲਈ। ਹੁਣ ਗੱਲ ਕਰਦੇ ਹਾਂ ਇਸ 'ਤੇ ਪੇ ਸਕੇਲ ਜੋ ਹੋਏਗਾ ਉਹ ਹੋਵੇਗਾ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਅਧਿਸੂਚਨਾ ਨੰਬਰ 13/1/2020 ਦੇ ਅਕੋਰਡਿੰਗ। ਇਸ ਦਾ ਜੋ ਪੇ ਸਕੇਲ ਹੋਵੇਗਾ ਉਹ 25,500 ਹੋਵੇਗਾ ਪ੍ਰੋਵੇਸ਼ਨ ਦੇ ਵਿੱਚ, ਠੀਕ ਹੈ ਜੀ। 3 ਸਾਲ ਦਾ ਪ੍ਰੋਵੇਸ਼ਨ ਹੋਵੇਗਾ, ਪ੍ਰੋਵੇਸ਼ਨ ਦੇ ਵਿੱਚ 25,500 ਇਸਦਾ ਪੇ ਸਕੇਲ ਤੁਹਾਨੂੰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੋਈ ਵੀ ਬੈਨੀਫਿਟ ਨਹੀਂ ਦਿੱਤਾ ਜਾਵੇਗਾ। ਉਸ ਤੋਂ ਬਾਅਦ ਅਗਰ ਤੁਹਾਡਾ ਪ੍ਰੋਵੇਸ਼ਨ ਕੰਪਲੀਟ ਹੁੰਦਾ ਉਸ ਤੋਂ ਬਾਅਦ ਜੋ ਵੀ ਹਦਾਇਤਾਂ ਦੇ ਅਨੁਸਾਰ ਤੁਹਾਨੂੰ ਤੁਹਾਡੀ ਸੈਲਰੀ ਦਿੱਤੀ ਜਾਊਗੀ। ਤਾਂ ਪ੍ਰੋਵੇਸ਼ਨ ਦੇ ਵਿੱਚ 25,500 ਇਹ ਤੁਹਾਡੀ ਸੈਲਰੀ ਤੁਹਾਨੂੰ ਦਿੱਤੀ ਜਾਊਗੀ। ਏਜ ਦੀ ਗੱਲ ਕਰਦੇ ਹਾਂ ਤਾਂ ਏਜ ਜੋ ਹੋਏਗੀ 18-37 ਈਅਰ ਦੇ ਵਿੱਚ ਜੋ ਰਿਲੈਕਸੇਸ਼ਨ ਹੁੰਦਾ ਤੁਹਾਨੂੰ ਸਭ ਨੂੰ ਪਤਾ ਹੀ ਹੈ। ਉਸ ਤੋਂ ਬਾਅਦ ਫੀਸ ਦੀ ਗੱਲ ਕਰਦੇ ਹਾਂ, 1000 ਜਨਰਲ, ਐੱਸ ਸੀ ਬੀ ਸੀ 250, ਸਾਬਕਾ ਫੌਜੀ ਆਸ਼ਰਿਤ 200, ਅੰਗਹੀਣ ਵਿਗਿਆਨਿਕ ਦੀ ਹੈ ਉਹ ਹੈ 500 ਫੀਸ ਹੈ ਉਹ ਰਹੇਗੀ। ਤਾਂ ਇਸ ਤੱਕ ਇਸ ਦੀ ਜੋ ਸਿਲੈਕਸ਼ਨ ਹੋਵੇਗੀ ਉਹ ਹੋਵੇਗੀ ਰਿਟਨ ਐਗਜ਼ਾਮ ਹੋਵੇਗਾ, ਇੱਕ ਰਿਟਨ ਐਗਜ਼ਾਮ ਜਿਹਨਾਂ ਕੈਂਡੀਡ ਨੇ ਫੋਰਮ ਅਪਲਾਈ ਕੀਤਾ ਹੋਵੇਗਾ ਉਹਨਾਂ ਦਾ ਰਿਟਨ ਐਗਜ਼ਾਮ ਹੋਵੇਗਾ। ਰਿਟਨ ਐਗਜ਼ਾਮ ਤੋਂ ਦੇ ਵਿੱਚ ਜੋ ਮੈਰਿਟ ਲੱਗੇਗੀ ਉਸ ਆਧਾਰ 'ਤੇ ਮੈਰਿਟ ਬਣੇਗੀ ਅਤੇ ਕੈਂਡੀਡੇਟਸ ਦੀ ਸਿਲੈਕਸ਼ਨ ਕੀਤੀ ਜਾਵੇਗੀ। ਯਾਨੀ ਕਿ ਰਿਟਨ ਹੀ ਹੋਵੇਗਾ, ਸਿਰਫ ਇੱਕ ਪੇਪਰ ਹੋਵੇਗਾ, ਇੱਕ ਪੇਪਰ ਨੂੰ ਤੁਸੀਂ ਕੁਆਲੀਫਾਈ ਕਰਨਾ ਹੈ, ਉਸ ਤੋਂ ਬਾਅਦ ਤੁਹਾਡੀ ਸਿਲੈਕਸ਼ਨ ਹੋਵੇਗੀ ਮੈਰਿਟ ਵਾਈਜ਼। ਟੋਪ 750 ਕੈਂਡੀਡੇਟਸ ਹੋਣਗੇ, ਉਹਨਾਂ ਨੂੰ ਕੌਂਸਲਿੰਗ ਦੇ ਲਈ ਬੁਲਾਇਆ ਜਾਏਗਾ ਅਤੇ ਫਾਈਨਲ ਮੈਰਿਟ ਨਿਰਧਾਰਿਤ ਕੀਤੀ ਜਾਵੇਗੀ। ਸਿਲੇਬਸ ਕੀ ਹੈ ਇਸ ਦੇ ਵਿੱਚ ਇਹਨਾਂ ਨੇ ਡਿਟੇਲ ਵਾਈਜ਼ ਨਹੀਂ ਦੱਸਿਆ, ਜਿਵੇਂ ਹੀ ਦੱਸਣਗੇ ਤੁਹਾਨੂੰ ਵੀਡੀਓ ਦੇ ਜ਼ਰੀਏ ਦੱਸ ਦਿੱਤਾ ਜਾਵੇਗਾ, ਠੀਕ ਹੈ ਜੀ। ਇਸ ਤੋਂ ਇਲਾਵਾ ਗਾਇਜ਼ ਕੋਈ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਬਹੁਤ ਹੀ ਅੱਛੀ ਨਿਊਜ਼ ਹੈ ਉਹਨਾਂ ਕੈਂਡੀਡੇਟਸ ਦੇ ਲਈ ਜਿਹਨਾਂ ਕੋਲ ਐਲੀਜੀਬਿਲਟੀ ਹੈ ਅਤੇ ਜੋ ਅਪਲਾਈ ਕਰ ਸਕਦੇ ਹਨ। ਤੁਸੀਂ ਮੈਨੂੰ ਆਪਣਾ ਸਮਾਂ ਦਿੱਤੇ ਉਸ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮੱਚ।